तो पंजाब आकर ऐसा लगता है अपने घर आए हैं और सब ना बड़े खुले दिल से और खुले मन से जब स्वागत करते हैं ना तो ऐसा लगता है यहाँ सुकून मिलता है मेरे <laughs> पंजाबी इंडस्ट्री में आना और यहाँ पर इन लोगों के साथ शिरकत करना तो ये बनता ही बनता था, <laughs> <की चाहिए> था? <laughs> <laughs> ਮੈਨੂੰ ਲੱਗਦਾ ਕਿ ਕਿਉਂਕਿ ਸਾਹ ਆ ਗਏ ਤੁਮ ਮੋਇਸਟ ਹੋ ਰਿਹਾ ਹੈ। ਕਿ ਨਿਊਜ਼ ਚ ਅਪਾ ਸੁਣਦੇ ਰਹੇ ਕਿ ਉਹ ਪਿਆ ਕੇ ਲੱਗਿਆ ਉਹਨੂੰ ਉਹ ਪਿਆ ਕੇ ਲੱਗਿਆ। ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜਸ ਕਾੜੀ ਵੀ ਤੇ ਮੈਂ ਸ਼ਾਇਨ ਕੋਡ ਪੂਰਾ। ਦਰਸ਼ਕੋ ਸਟਾਰ ਕਾਸਟ ਇੱਕ ਫਿਲਮ ਦੀ ਬੜਾ ਰੋਲਾ ਪਾਉਣ ਲੱਗੀ ਵੀ ਹੈਗੀ ਹੈ। ਇਹ ਚੱਲ ਪੱਦ ਚੱਲੀਏ ਚੱਲ ਪੱਦ ਚੱਲੀਏ ਕਿੱਥੇ ਜਾਣਾ ਕਿਹਨੇ ਭੱਜਣਾ ਕਿਹਦੇ ਨਾਲ ਭੱਜਣਾ। ਸਟਾਰ ਕਾਸਟ ਤੋਂ ਪੁੱਛ ਲੈਣਾ ਸਾਡੇ ਨਾਲ ਨੇ ਭਾਈ ਇੰਦਰ ਚਾਹਲ ਰੁਬੀਨਾ ਮੈਮ ਤੇ ਅਲੀਸ਼ਾ ਸਵਾਗਤ ਜੀ ਬਹੁਤ ਸਾਰਾ। ਥੈਂਕ ਯੂ ਸੋ ਮੱਚ ਵੀਰੇ ਤਾਂ ਦਾਈ ਵੀ ਥੈਂਕ ਯੂ ਜੀ ਥੈਂਕ ਯੂ ਸਸਜੀ ਗਾ ਜੀ ਭਾਈ ਮੈਂ ਪਹਿਲਾਂ ਥੋੜ੍ਹ ਤੋਂ ਹੀ ਪੁੱਛਦਾ ਹੈਗਾ ਕਿ ਚੱਲ ਪੱਤ ਚੱਲੀਏ ਕਿੱਥੇ ਭੱਜਣ ਚੱਲੇ ਆਂ ਪਿੰਡੋਂ ਬਾਹਰ ਵੀਰੇ ਸੋ ਸਾਡੀ ਮੂਵੀ ਦਾ ਟਾਈਟਲ ਹੈ ਜੀ ਚੱਲ ਪੱਤ ਚੱਲੀਏ ਸੋ ਬੇਸਿਕਲੀ ਇਹਦੇ ਚ ਦੋ ਕੁੜੀਆਂ ਨੂੰ ਪਿਆਰ ਦਿਖਾਇਆ ਗਿਆ ਮਤਲਬ ਤੁਹਾਨੂੰ ਮੈਂ ਹੁਣੀ ਰੀਵੀਲ ਕਰਦਾ ਤੁਹਾਨੂੰ ਮਜ਼ਾ ਨਹੀਂ ਆਉਣਾ ਤੁਸੀਂ ਫਾਈਨਲ ਪੰਜ ਤਰੀਕਿਆਂ ਨੂੰ ਦੇਖਿਓ ਕਿ ਕੌਣ ਕਿਹਨੂੰ ਭਜਾ ਕੇ ਲਿਜਾਹੁੰਦਾ ਕਿਉਂਕਿ ਸਾਡੀ ਵੀ ਕੋਸ਼ਿਸ਼ ਇਹੀ ਹੈਗੀ ਕਿ ਥੋੜਾ ਜਿਹਾ ਮਸਾਲਾ ਤੁਹਾਨੂੰ ਦੇ ਦਈਏ ਤਾਂ ਕਿ ਫਿਰ ਉਹ ਵੀ ਭਜੇ ਹੋਣ ਨਾ ਥੀਏਟਰਾਂ ਵੱਲ ਆਡੀਅנס ਨੂੰ ਵੀ ਭਜਾਉਣਾ ਤਾਂ ਹੀ ਭਜਾਉਣਾ ਕਿਉਂਕਿ ਉਹਨਾਂ ਨੂੰ ਜੇ ਪਤਾ ਲੱਗੂ ਵੀ ਚੱਲ ਕੀ ਰਿਹਾ ਹੈਗਾ ਇਧਰ ਹਨਾ ਮੈਂ ਮੁਸ਼ਕਿਲ ਚ ਉਹਨਾਂ ਨੂੰ ਭਜਾਉਣ ਦੀ ਟਰਾਈ ਚ ਕੋਣਦਾ ਵੀਰੇ ਜਿਹੜੀ ਭਜਾਈ ਉਹ ਤੁਸੀਂ ਫਾਈਨਲ ਦੇਖਿਓ ਮੂਵੀ ਦੇ ਵਿੱਚ ਕੀ ਬਾਤ ਹੈ ਕੀ ਬਾਤ ਵੈਸੇ ਬਾਈਹਰਾਂ ਦੇ ਗਾਣੇ ਵੀ ਆਪਾਂ ਬਹੁਤ ਸਾਰੇ ਗਾਣੇ ਬਹੁਤ ਰੰਗਾਂ ਦੇ ਗਾਣੇ ਮਨ ਲੱਗਦਾ ਉਹਨਾਂ ਨੇ ਦਿੱਤੇ ਹੈਗੇ ਆ ਤੇ ਕਈ ਰੰਗ ਰੰਗ ਉਹਨਾਂ ਦੇ ਸਾਈਡ ਵੀ ਆਏ ਹੈਗੇ ਆ ਤੇ ਉੱਥੇ ਜਦੋਂ ਰੌਣਾ ਧੋਣਾ ਚੱਲਦਾ ਹੈਗਾ ਇੱਧਰ ਤੁਸੀਂ ਆਪ ਹੁਣ ਦੋ ਪਾਸੇ ਪਏ ਹੋਏ ਹੈਗੇ ਹੋ ਹੈਨਾ ਤੇ ਇਹ ਕਿੰਨਾ ਕੁ ਵੈਸੇ ਸਾਨੂੰ ਸਹੀ ਲੱਗਦਾ ਕਿੰਨਾ ਗਲਤ ਲੱਗਦਾ ਵੈਸੇ ਬਹੁਤ ਵਧੀਆ ਲੱਗਦਾ ਵੀਰੇ ਡਿਫਰੈਂਟ ਲੱਗਦਾ ਕੁਝ ਕਰਨ ਤੋਂ ਹੈਗਾ ਉਹ ਤਾਂ ਕਰਦੇ ਹੀ ਰਹਿੰਦੇ ਆ ਇਹ ਕੁਝ ਡਿਫਰੈਂਟ ਹੈ ਜੀ ਵੀਰੇ ਕਿ ਗਾਣੇ ਚਲੋ ਗਾਣੇ ਕਰਨੇ ਹੈਗੇ ਗਾਣੇ ਚੰਗੇ ਚੱਲ ਵੀ ਰਹੇ ਹੈਗੇ ਆ ਤੇ ਨਾਲ ਫਿਲਮਾਂ ਵੱਲ ਆਇਆ ਨਾ ਤੇ ਫਿਲਮਾਂ ਚ ਸਿੱਧੀਆਂ ਦੋ ਐਕਟਰਸ ਹੈਨਾ ਜੀ ਜੀ ਇਹ ਫਿਰ ਇਹ ਕੋਈ ਮਤਲਬ ਪਹਿਲੇ ਦਾਤ ਮੰਗੀ ਸੀ ਵੀ ਬਈ ਐਕਟਿੰਗ ਕਰਨੀ ਹੈਗੀ ਤਾਂ ਦੋ ਦੋ ਐਕਟਰਸ ਘੱਟੋ ਘੱਟ ਹੋਣੀਆਂ ਚਾਹੀਦੀਆਂ ਵੀਰੇ ਰੱਬ ਨੇ ਜੋ ਦੇ ਹੀ ਗਿਆ ਛੋਲੀ ਮੇਰੇ ਮੈਂ ਸੈਪਟ ਕਰੀ ਗਿਆ ਹੁਣ ਪਤਾ ਨਹੀਂ ਸੀ ਮੈਨੂੰ ਵੀ ਰੱਬ ਨੇ ਇੱਥੇ ਲਿਆ ਕੇ ਬਿਠਾਉਣਾ ਹੈਨਾ ਪਤਾ ਨਹੀਂ ਥੋੜੇ ਨਾਲ ਅਸੀਂ ਇੰਨਾ ਗੱਲ ਕਰਾਂਗੇ ਸੋ ਰੱਬ ਦਾ ਕੀਤਾ ਵੀਰੇ ਸਾਰਾ ਕੁਝ ਜੀ ਠੀਕ ਹੈ ਤੇ ਹੁਣ ਵਾਰਿਦਾਰੀ ਆਉਂਦੀ ਹੈਗੀ ਆ ਰੁਬੀਨਾ ਨੈਸ਼ਨਲ ਕ੍ਰਸ ਮੈਂ ਕਹਿ ਸਕਦਾ ਹੈਗਾ ਤੇ ਕਿਉਂਕਿ ਬਿਲਕੁਲ ਕਿਉਂਕਿ ਜੀ ਬਿਗ ਬੌਸ ਤੋਂ ਬਾਅਦ ਚਾਹੇ ਸਾਰਿਆਂ ਨੂੰ ਪਤਾ ਹੈਗਾ ਵੀ ਅਭਿਨਾਵ ਭਾਈ ਹੋਰਾਂ ਦੇ ਪੱਕੇ ਮੋਰੇ ਮੋਰ ਲੱਗੀ ਹੋਈ ਹੈਗੀ ਆ ਕਿਸੇ ਦਾ ਕੋਈ ਚਾਂਸ ਨਹੀਂ ਹੈਗਾ ਹੈਨਾ ਹਾਂ ਪੰਜਾਬੀ ਬੰਦੇ ਦੀ ਪਰ ਉਸ ਤੋਂ ਬਾਅਦ ਕਿਸੇ ਦਾ ਕੋਈ ਚਾਂਸ ਨਹੀਂ ਪਰ ਫਿਰ ਵੀ ਕ੍ਰਸ਼ ਹੈਗੇ ਹੋ ਤੇ ਬਹੁਤ ਪਸੰਦ ਕਰਦੀ ਹੈਗੀ ਆ ਆਡੀਅנס ਤੇ ਪੰਜਾਬੀ ਫਿਲਮ ਲੈ ਕੇ ਆ ਰਹੇ ਹੈਗੇ ਹੋ ਕਿਵੇਂ ਦਾ ਐਕਸਪੀਰੀਅੰਸ ਬਹੁਤ ਹੀ ਬੜੀਆ ਐਕਸਪੀਰੀਅੰਸ ਔਰ ਅਭੀ इतने सारे इंटरव्यूज़ करने के बाद ना ऐसा महसूस होता है कि यार अपना अपना सा सब फ़ील करवाते हैं तो पंजाब आकर ऐसा लगता है अपने घर आए हैं और सब ना बड़े खुले दिल से और खुले मन से जब स्वागत करते हैं ना तो ऐसा लगता है यहाँ सुकून मिलता है तो यहाँ आकर ना एक सुकून मिलता है और उस सुकून के साथ हम अपनी फिल्म रिलीज़ करने के लिए प्रमोशंस के लिए यहाँ आए हैं बस यही सुकून हमारी ऑडियंस को मिल जाए जब वो थिएटर्स पे जाए फिल्म देखे बस इतना ही बस इतनी ही दुआ है ਪੰਜਾਬੀ ਮਤਲਬ ਪੰਜਾਬੀ ਫਿਲਮ ਆਪ ਚ ਬਾਲੀਵੁੱਡ ਮੈਂ ਕੰਮ ਕਰ ਰਹੇ ਹੋ ਆਪ ਪੰਜਾਬੀ ਸਮਝਣ ਚ ਕੋਈ ਦਿੱਕਤ ਤਾਂ ਨਹੀਂ ਹੈਗੀ ਕੋਈ ਦਿੱਕਤ ਨਹੀਂ ਹੈ ਮੈਂ ਬੋਲ ਵੀ ਲੇਤੀ ਹੂੰ ਪਰ ਮੇਰੇ ਕੋ ਸੱਤ-ਸੱਤ ਮੈਂ ਪ੍ਰੌਮਪਟਰ ਚੀ ਹੁੰਦਾ ਇਸਲੀ ਮੈਂ ਵੀ ਆਪਕਾ ਜਵਾਬ ਪੰਜਾਬੀ ਮੈਂ ਨਹੀਂ ਦੇ ਪਾਦੀ ਚ ਚਲੋ ਇਹ ਵੀ ਇਹ ਵੀ ਵਧੀਆ ਹੈਗਾ ਪਰ ਇਹਦਾ ਮੈਨੂੰ ਲੱਗਦਾ ਕਿਤਨਾ ਕਾਤੇ ਫਾਇਦਾ ਇਹ ਵੀ ਹੈਗਾ ਕਾਰਨ ਇਹ ਵੀ ਹੈਗਾ ਕਿ ਅਭਿਨਵ ਭਾਈ ਦਾ ਜਿਹੜਾ ਸਾਥ ਹੈਗਾ ਉਹਦੇ ਕਰਕੇ ਪੰਜਾਬੀ ਨਾਲ ਲਿੰਕ ਤੁਹਾਡਾ ਬਣਿਆ ਹੋਇਆ ਹੈ ਇੱਕਦਮ ਬਹੁਤ ਬੜੀਆ ਵਾਲਾ ਮਤਲਬ 10 ਸਾਲ ਸੇ ਤਾਂ ਮੈਂ ਐਸੇ-ਐਸੇ ਗਾਣੇ ਇਤਨੇ ਪੁਰਾਣੇ ਗਾਣੇ ਇਤਨੇ ਬੜੀਆ ਆਰਟਿਸਟ ठेठ पंजाबी बोलते हैं तो वो पंजाब का जो इन्फ्लुएंस है ना वो घर पे तो बना ही है और मैं जब पंजाबी फिल्म्स देखती थी और यू you नो know, अब भी देखती हूँ सब्जेक्ट्स इतने प्यारे होते हैं कहानियाँ इतनी सुंदर होती है तो यू नो पंजाबी इंडस्ट्री में आना और यहाँ पर इन लोगों के साथ शिरकत करना तो ये बनता ही बनता था और हमारी फिल्म में तो इतनी बड़ी यू uh, नो you know, मैं तो कहूँगी इतनी बड़ी स्टार कास्ट है इतने दिग्गज एक्टर्स हैं हमारे पास इतने सीनियर आर्टिस्ट हैं हमारे पास uh, तो इट्स लाइक अ फुल पैक्ड फैमिली ड्रामा जी ਪੰਜਾਬ ਮੈਨੂੰ ਲੱਗਦਾ ਜਦੋਂ ਬੰਬੇ ਤੋਂ ਪੰਜਾਬ ਆਉਣੇ ਹੈਗੇ ਆ ਤਾਂ ਤੁਹਾਨੂੰ ਹਮੇਸ਼ਾ ਇਹੀ ਫੀਲ ਆਉਂਦਾ ਹੋਊਗਾ ਵੀ ਚਲੋ ਮਾਇਕੇ ਚੱਲੇ ਆਂ ਪੇਕੇ ਚੱਲੇ ਹੈਗੇ ਆ ਨਾ ਤੇ ਫਿਰ ਉੱਤੇ ਜਾ ਕੇ ਨਿਆਰੇ ਲਾਵਾਂ ਪੰਜਾਬ ਆ ਕੇ ਸਸੁਰਾਲ ਆਏ ਆ ਹਾਂ ਉੱਠ ਹੀ ਹੋ ਗਿਆ ਸੀ ਕੰਮ ਮੈਂ ਆਪਣੇ ਸਸੁਰਾਲ ਚਲੀ ਹਾਂ ਹਾਂਜੀ ਹਾਂ ਜੀ ਇਹ ਸਹੀ ਗੱਲ ਆ ਤੇ ਹੁਣ ਨਾਲ ਇੱਕ ਹੋਰ ਵੀ ਜਿਹੜਾ ਦੋਹਾਂ ਦੀ ਗੱਲ ਚੱਲਦੀ ਹੈਗੀ ਹੈ ਨਾ ਦੂਸਰੇ ਜਿਹੜੇ ਹੈਗੇ ਨੇ ਅਲੀਸ਼ਾ ਨੇ ਉਹ ਵੀ ਸਾਡੇ ਨਾਲ ਨੇ ਕੀ ਹਾਲ ਚਾਲ ਨੇ ਬਿਲਕੁਲ ਮੇਰਾ ਠੀਕ ਆ ਹਾਲ ਚਾਲ ਮੈਂ ਠੀਕ ਆ ਐਕਸੈਂਟ ਮੈਨੂੰ ਉਹ ਕੀ ਚਾਹੀਦਾ ਆ ਉਹ ਐਕਸੈਂਟ ਤੁਹਾਨੂੰ ਯਾਦਾ ਆ ਹੈ ਨਾ ਉਹ ਉਹ ਵੇਲੇ ਐਕਸੈਂਟ ਆਇਆ ਨਾ ਕੀ ਚਾਹੀਦਾ ਐਂਟਰਟੇਨਮੈਂਟ ਚਾਹੀਦਾ ਮੈਂ ਕਿ ਸ਼ੁਰੂਆਤ ਇੱਥੇ ਹੀ ਹੋ ਜਾਏ ਕੀ ਚਾਹੀਦਾ ਐਂਟਰਟੇਨਮੈਂਟ ਚਾਹੀਦਾ ਆ ਕੀ ਚਾਹੀਦਾ ਦੇਬਿਊ ਫਿਲਮ ਕਰਨ ਜਾ ਰਹੇ ਹੈਗੇ ਹਾਂ ਤੇ ਕਿਦਾਂ ਦਾ ਪਹਿਲਾਂ ਤਾਂ ਫੀਲ ਕਿਦਾਂ ਦਾ ਹੈ ਬਹੁਤ ਐਕਸਾਈਟਮੈਂਟ ਹੈਗੀ ਬਹੁਤ ਨਰਵਸਨੈਸ ਹੈਗੀ ਹੈ ਮੈਨੂੰ ਬਸ ਇਹੀ ਹੈਗਾ ਕਿ ਜੋ ਵੀ ਜਾਏ ਸਾਡੀ ਮੂਵੀ ਇੰਜੋਏ ਕਰੇ ਕੁਝ ਸਿੱਖੇ ਸਾਡੀ ਮੂਵੀ ਤੋਂ ਬਹੁਤ ਪਿਆਰ ਹੈਗਾ ਲੜਾਈਆਂ ਝਗੜੇ ਜਿਹੜੇ ਹੁੰਦੇ ਆ ਫੈਮਲੀ ਵਿੱਚ ਸੋ ਆਈ ਜਸਟ ਹੋਪ ਜੋ ਵੀ ਜਾਂਦਾ ਹੈ ਮੂਵੀ ਨੂੰ ਇੰਜੋਏ ਕਰੇ ਆਈ ਵਾਂਟ them to feel changed ਮੂਵੀ ਨੂੰ ਵੇਖ ਕੇ ਨਾ आई फील ग्रेट ਮੈਨੂੰ ਜਿਵੇਂ ਤੁਸੀਂ ਕਿਹਾ ਨਾ ਵੀ ਨਰਵਸ ਹੈਗਾ ਮੈਨੂੰ ਨਹੀਂ ਲੱਗਦਾ ਵੀ ਸੋਹਣੀਆਂ ਕੁੜੀਆਂ ਨੂੰ ਨਰਵਸ ਹੋਣ ਦੀ ਲੋੜ ਪੈਂਦੀ ਹੈ ਕਿਉਂਕਿ ਪੰਜਾਬੀ ਜਿਹੜੇ ਹੈਗੇ ਆ ਨਾ ਪੰਜਾਬੀ ਵੈਸੇ ਹੀ ਖੁੱਲੇ ਦਿਲ ਦੇ ਹੈਗੇ ਉਹਨਾਂ ਨੇ ਵੈਸੇ ਹੀ ਉਹਨਾਂ ਨੇ ਦੇਖਣਾ ਉਹਨਾਂ ਨੇ ਕਹਿਣਾ ਹਾਏ ਇੰਨੀ ਸੋਹਣੀ ਕੁੜੀ ਐਕਟਿੰਗ ਠੀਕ ਹੈ ਕੋਈ ਗੱਲ ਨਹੀਂ ਹੌਲੀ ਹੌਲੀ ਹੋ ਜਾਣੀ ਆ ਪਰ ਨਰਵਸ ਹੋਣ ਦੀ ਜਰੂਰਤ ਨਹੀਂ ਤੁਸੀਂ ਆਪਣਾ ਕੰਮ ਕਰੀ ਚੱਲੋ ਹਾਂਜੀ ਉਹ ਤੇ ਹੁਣ ਮੈਂ ਐਕਟ ਕਰ ਰਹੀ ਆ ਨਾ ਨਰਵਸ ਨਹੀਂ ਹੈਗੀ ਮੈਂ ਕੀ ਬਾਤ ਹੈ ਅੱਛਾ ਰਵਿਨਾ ਮੈਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈਗਾ ਤੇ ਕੀ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਉਹਨਾਂ ਦੇ ਅੰਦਰ ਇੱਕ ਜਿਹੜੀ ਜਿਹੜਾ ਉਹਨਾਂ ਦਾ ਡਰਾਈਵ ਹੈਗਾ ਨਾ ਬਹੁਤ ਵਧੀਆ ਕੌਨਫੀਡੈਂਸ ਐਂਡ ਹਰ ਐਕਟਿੰਗ ਇਜ਼ ਜਸਟ ਅਮੇਜ਼ਿੰਗ ਐਂਡ ਦ ਫੈਕਟ ਥੈਟ ਉਹ 4 ਮੰਥਸ ਪ੍ਰੈਗਨਸੀ ਸਾਈਡ ਅਸ਼ੂਟ ਦੇ ਟਾਈਮ ਇੰਨੀ ਕਰਮੀ ਅਸੀਂ ਸ਼ੂਟ ਕੀਤਾ ਕਿ ਅਸੀਂ ਜੁਲਾਈ ਹਾਂ ਜੁਲਾਈ ਅਗਸਟ ਇਸ ਸ਼ੂਟਿੰਗ ਕੀਤੀ ਹੈ ਐਂਡ ਦ ਵੇ ਸ਼ੀ ਜਸਟ ਪੁਸ਼ ਥਰੂ ਇਜ਼ ਜਸਟ ਅਮੇਜ਼ਿੰਗ I'm very, I'm very, i inspire inspired. And uh, yeah, just, she did a brilliant job. Even uh, in that, she did so well. He's very, uh, the way he carried himself throughout the movie, and just the way he carries himself, he's a very down to earth person. He's very humble. So, very amazing people to work with. I feel honored to have worked with people like them. I learned a lot. ਤੱਪਈ ਜਦੋਂ ਸੋਹਣੀ ਸੋਹਣੀ ਕੁੜੀਆਂ ਨੇ ਤਰੀਫਾ ਕਰਦੀਆਂ ਕਿਹਜਾ ਲੱਗਦਾ ਮੈ? ਵਧੀਆ ਲੱਗਦਾ ਮੈਂ ਕਹਿ ਰਿਹਾ ਸੀ ਕਹਿਣ ਲੱਗਾ ਸੀ ਵੀ ਹੋਰ ਕਰੋ ਹੋਰ ਕਰੋ। ਸੁਆਦ ਆ ਰਿਹਾ ਚੱਲੀ ਜਾਓ ਹੈਨਾ ਕੰਮ। ਇੰਨੀ ਕਿੰਨੀ ਨਰਮ ਹੈ ਲਾ। ਸੋਹਣੀ ਜੀ ਫੋਗੀ ਮੇਰੀ ਹੁਣ ਆ ਲੱਗਦਾ ਵੀ ਵਾਹ ਯਾਰ। ਸਫਲ ਹੋ ਗਿਆ। ਵੀ ਹੁਣ ਠੀਕ ਆ ਹੁਣ ਆਪਣਾ ਕੰਮ ਹੋ ਗਿਆ ਚੱਲ ਹੁਣ ਭਾ ਚੱਲੀਏ ਹੈਨਾ। ਪਤਾ ਸੀ ਇੰਟਰਵਿਊ ਵਾਲੇ ਕਹਿਣਾ ਪੋਗਾ ਇਹਨਾਂ ਨੂੰ। ਮੈਂ ਤਾਂ ਹੀ ਕਿਹਾ ਸੀ। ਕੀ ਆ ਬਾਤ ਆ ਕੀ ਆ ਬਾਤ। ਅ ਅੱਛਾ ਰਬੀਨਾ ਮੈਂ ਪੰਜਾਬੀ ਫਿਲਮ ਪਹਿਲਾਂ ਤਾਂ ਕਿਵੇਂ ਤੁਹਾਡੇ ਕੋਲ ਪਹੁੰਚੀ? फिल्म की पहली शुरुआत यहीं से हुई हम दोनों ने एक गाना पहले किया था और उसके बाद जब इंदर ने मुझे फ़ोन किया और उन्होंने कहा कि एक बहुत ही बढ़िया स्क्रिप्ट है आप पंजाबी फिल्म करना चाहोगे मैंने वाई नॉट और मैं तो काफ़ी समय से ये चाह रही थी कि यू नो पंजाबी इंडस्ट्री में Uh, कहीं ना कहीं मुझे एक पहल चाहिए थी और ये पहल इस फिल्म से हो गई uh, मुझे कहानी सुनाई गई और आई आई स्टिल रिमेंबर इंदर ने मुझे कहा था कि uh, बड़ी ही मतलब पंजाबी में कहा था बड़ी ही सोनी कहानी है मैंने कहा अच्छा हाँ तो मैंने कहा रैली और फिर जब मैंने कहानी सुनी सबके किरदार सुने और एक वो होता ना एक आप पहले जान जाते हो कि हाँ ये फ़िल्म करनी है वैसी जब फीलिंग आई मैंने कहा यार इसे करना तो बनता है फिर मैंने सब कुछ मैं सब कुछ मैंने छोड़ छाड़ के मैंने कहा यार अभी प्रेग्नेंट हूँ ये प्रॉब्लम्स आएगी वो प्रॉब्लम्स आएगी कुछ नहीं सोचा मुझे सिर्फ करना था एंड आई वाज सो ब्लेस्ड क्योंकि हर समय ना मुझे अच्छे लोग और अच्छा माहौल मिला सब ने मुझे यू you नो know, अपना अपना सा फील करवाया और मेरे लिए एक डेडिकेटेड एडी होता था जो मुझे पंजाबी में पूरे सीन्स करवाते थे आ, मतलब सेट पे जाने से पहले तो सभी ने बहुत हेल्प की इंदर ने बहुत हेल्प की आ, हर सीन से पहले अगर हम रिहर्सल्स करते थे तो ऐसा नहीं ऐसा कर लेते ये शब्द इस तरीके से बोला जाता है तो इन सब चीज़ों में ना कैसे कैसे फिल्म बीत गई हो गई कंप्लीट हो गई अब रिलीज होने को आई है एक सपना सा लगता है क्या? सपना सपना क्योंकि सपने ਸਾਰਾਂ ਦੇ ਮਤਲਬ ਉਸਕਾਰ ਵੀ ਹੋਣੇ ਚਾਹੀਦੇ ਹੈਗੇ ਜਿਨੇ ਜਨੇ ਵੀ ਜਿਹੜੇ ਜਿਹੜੇ ਵੀ ਸੁਪਨੇ ਦੇਖੇ ਹੈਗੇ ਆ ਹਨਾ ਪਰ ਇਹ ਫਿਲਮ ਜਿਹੜੀ ਹੈਗੀ ਹੈ ਇਹ ਸੁਪਨੇ 인ਦਰਬਾਈ ਦੇ ਥੋੜੇ ਜਿਹੇ ਟੇਡੇ ਲੱਗਦੇ ਆ ਮੈਨੂੰ ਦੋ ਲਈ ਫਿਰਦੇ ਆ ਬਈ ਵੈਸੇ ਮੈਂ ਪੁੱਛਣਾ ਚਾਹੂੰਗਾ ਚਲੋ ਤਾਂ ਹਾਸੇ ਮਖੌਲ ਦੀਆਂ ਗੱਲਾਂ ਨੇ ਪਰ ਇੱਕ ਸਿੰਗਿੰਗ ਲਾਈਨ ਹਨਾ ਇੱਕ ਐਕਟ ਲਾਈਨ ਐਕਟਿੰਗ ਲਾਈਨ ਜਦੋਂ ਉਹਦੇ ਵਿੱਚ ਆਣ ਹੈਗੇ ਆ ਤਾਂ ਕਿੰਨਾ ਕ ਆਪ ਦੇ ਆਪ ਤੇ ਤੁਹਾਨੂੰ ਤਬਦੀਲੀ ਲਿਆਉਣੀ ਪੈਂਦੀ ਹੈਗੀ ਕਿੰਨੇ ਕ ਮਿਹਨਤ ਇਹਦੇ ਬੈਕਗ੍ਰਾਉਂਡ ਤੇ ਕਰਨੀ ਪੈਂਦੀ ਕਿਉਂਕਿ ਮੂਰੇ ਵਾਲਾ ਤਾਂ ਕਹਿ ਦਿੰਦਾ ਵੀ ਠੀਕ ਆ ਸਿੰਗਰ ਸੀ ਐਕਟਰ ਆ ਗਿਆ ਬਹੁਤ ਜ਼ਿਆਦਾ ਔਖਾ ਵੀਰੇ ਮਤਲਬ ਦੋਨੋਂ ਲਾਈਨਾਂ ਡਿਫਰੈਂਟ ਡਿਫਰੈਂਟ ਨੇ ਗਾਣੇ ਤਾਂ ਤੁਸੀਂ ਫੇਕ ਐਕਟ ਵੀ ਕਰ ਲਓਗੇ ਤੁਸੀਂ ਸਿੰਕ ਪਾ ਲਓਗੇ ਤੁਸੀਂ ਫillers ਪਾ ਲਓਗੇ ਬਹੁਤ ਔਖਾ ਬਟ ਇਹਦਾ ਦੋਨੋਂ ਲਾਈਵ ਤੁਸੀਂ ਜੋ ਹੈਗੇ ਹੋ ਤੁਹਾਨੂੰ ਉਹ ਪ੍ਰੈਜ਼ੈਂਟ ਹੋਣਾ ਪਊਗਾ ਹਨਾ ਮੈਨੂੰ ਲੱਗਦਾ ਐਕਟ ਕਰਨ ਦੀ ਲੋੜ ਹੀ ਨਹੀਂ ਤੁਹਾਨੂੰ ਫਿਲਮ 'ਚ ਤੁਸੀਂ ਖੁਦ ਜੋ ਹੈਗੇ ਹੋ ਤੁਸੀਂ ਉਹ ਪ੍ਰੈਜ਼ੈਂਟ ਕਰੋ ਮਤਲਬ ਰੀਅਲ ਹੋਣਾ ਜ਼ਿਆਦਾ ਮੈਂ ਸਿੱਖਿਆ ਇੱਥੇ ਵੀ ਰੀਅਲ ਹੋ ਕੇ ਤੁਸੀਂ ਐਕਟ ਕਰ ਪਾਉਂਗੇ ਆਦਰਵਾਇਜ਼ ਮਤਲਬ ਗਾਣੇ ਚੋਂਦਾ ਵੀ ਤੁਸੀਂ ਜੇ ਇੱਥੋਂ ਕੱਟ ਨਹੀਂ ਮਿਲਿਆ ਇੱਥੋਂ ਲਾ ਲਓ ਇੱਥੋਂ ਲਾ ਲਓ ਮਤਲਬ ਇੱਥੇ ਤਾਂ ਜੋ ਤੁਹਾਡੇ ਸਾਹਮਣੇ ਤੁਸੀਂ ਬੋਲਤਾ ਉਹੀ ਲੱਗਣਾ ਸੋ ਬਹੁਤ ਡਿਫਰੈਂਟ ਆ ਵੀਰੇ ਜਿਵੇਂ ਰੁਬੀਨਾ ਹੋਰਾਂ ਦਾ ਜਿਵੇਂ ਐਕਸਪੀਰੀਅੰਸ ਹੈਗਾ ਤੇ ਤੁਸੀਂ ਕੁਝ ਗ੍ਰੈਬ ਕਰਨ ਦੀ ਕੀਤੀ ਕੋਸ਼ਿਸ਼ ਵੀ ਯਾਰ ਮੈਂ ਤਾਂ ਸਿੱਖਿਆ ਬਹੁਤ ਕੁਝ ਸਾਰਿਆਂ ਤੋਂ ਸੱਚੀ ਮੈਂ ਸੀਰੀਅਸਲੀ ਮਤਲਬ ਮੈਂ ਮੈਨੂੰ ਡਰ ਲੱਗਦਾ ਹੁੰਦਾ ਸੀ ਕਿਤੇ ਕਿਤੇ ਸਾਰੇ ਸੀਨੀਅਰ ਆਰਟਿਸਟ ਨੇ ਰੁਬੀਨਾ ਮੈਮ ਸੀਨੀਅਰ ਨੇ ਸੋ ਸੱਚੀ ਡਰ ਲ ਪਰ ਫਿਰ ਆਪ ਮੈਂ ਗੱਲਾਂ ਗੱਲਾਂ ਇਹ ਮਾਰਕੀਟ ਠੀਕ ਜਾ ਹੋ ਜਾਂਦਾ ਸੀ ਥੋੜਾ ਜਿਹਾ ਕੰਫੀਡੈਂਸ ਜਾ ਆਉਂਦਾ ਸੀਗਾ ਬਟ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਰਬੀਨਾ ਮੈਮ ਨੇ ਬਹੁਤ ਸਾਡੀ ਸਪੋਰਟ ਕੀਤੀ ਮੈਨੂੰ ਲੱਗਦਾ ਕਿਉਂਕਿ ਸਭ ਆ ਗਏ ਤੁਸੀਂ ਹੋਇਸ ਜਹਰੇ ਗਏ ਮੈਂ ਇਹਨਾਂ ਨੇ ਮੇਰੀ ਇੰਨੀ ਪ੍ਰੇਜ਼ ਕੀਤੀ ਮੈਂ ਕਿ ਹੁਣ ਮੇਰੀ ਵਾਰੀ ਸੱਚੀ ਮਤਲਬ ਇਹ ਮਤਲਬ ਕਹਿਣ ਮਤਲਬ ਜਿਹੜੇ ਵਰਡ ਮੈਨੂੰ ਕਹੇ ਬਹੁਤ ਡਾਊਨ ਟੂ ਅਰਥ ਨੇ ਸੱਚੀ ਜੀ ਕੀ ਬਾਤ ਹੈ ਕਿਉਂਕਿ ਸਿੱਖਣਾ ਮਾੜੀ ਗੱਲ ਨਹੀਂ ਹੁੰਦੀ ਸਿੱਖਦੇ ਰਹਿਣਾ ਚੰਗੀ ਗੱਲ ਹੁੰਦੀ ਹੈਗੀ ਤੇ ਚੱਲਦੇ ਰਹਿਣਾ ਚੰਗੀ ਗੱਲ ਹੁੰਦੀ ਹੈਗੀ ਤੇ ਕੋਈ ਵੀ ਇਹ ਨਹੀਂ ਹ ਵੀ ਪ੍ਰੇਜ਼ ਕਰ ਰਹੇ ਹੈਗੇ ਉਹ ਸ਼ਾਇਦ ਮੂੰਹ ਤੇ ਮਿਆਂ ਮੁੱਠੂ ਬਣਨ ਵਾਲੀ ਗੱਲ ਹੁੰਦੀ ਹੈ ਪਰ ਜਿੱਥੇ ਬਾਕੀ ਸੱਚੀ ਜੇ ਕੁਝ ਕੁਝ ਸਿਕਦੇ ਹੈਗੇ ਆ ਤਾਂ ਹੀ ਅਸੀਂ ਸਾਰੀ ਘੈਂਟ ਸਾਰੀ ਘੈਂਟ ਹੈਗੇ ਆ ਬਿਲਕੁਲ ਤੇ ਅੱਛਾ ਚੱਲ ਭੱਜ ਚੱਲੀਏ ਤਾਂ ਬਈ ਜਿਹੜਾ ਕਨਸੈਪਟ ਹੈਗਾ ਹਨਾ ਇਸ ਕਨਸੈਪਟ ਨੂੰ ਜੇ ਪਰਸਨਲ ਜਿਹੜੀਆਂ ਅੱਜਕੱਲ ਦੇ ਜਿਹੜੇ ਦੌਰ ਦੇ ਵਿੱਚ ਜਿਹੜੇ ਰਿਲੇਸ਼ਨਸ ਚੱਲਦੇ ਪਏ ਹੈਗੇ ਆ ਉਹ ਕਿਤਨਾ ਕਿਤੇ ਇਸ ਨਾਲ ਲਿੰਕ ਹੁੰਦੇ ਹੈਗੇ ਆ ਜੇ ਕੀ ਦਿਖਾਉਂਦੇ ਹੈਗੇ ਮਤਲਬ ਜ਼ਰੂਰ ਹੁੰਦੇ ਨੇ ਵੀਰੇ ਆਪਾਂ ਦੇਖਦੇ ਆਂ ਮਤਲਬ ਮੈਂ ਆਉਦੇ ਵਾਲੇ ਦੁਆਲੇ ਤਾਂ ਇੱਕ ਅੱਧਾ ਬੰਦਾ ਹੀ ਦੇਖਿਆ ਬਾਕੀ ਨਿਊਜ਼ 'ਚ ਆਪਾਂ ਸੁਣਦੇ ਰਹਿੰਦੇ ਆਂ ਕਿ ਉਹ ਪਿਆ ਕੇ ਲੈ ਗਿਆ ਉਹ ਨੂੰ ਉਹ ਪਿਆ ਕੇ ਲੈ ਗਿਆ ਸੋਸਪੇਸ ਆਧਾਰ ਤੇ ਮੂਵੀ ਹੈ ਹਾਸ ਸਮਕਾਲ ਬਹੁਤ ਜ਼ਿਆਦਾ ਹੈ ਤੂੰ ਸਾਰੇ ਹੱਸ ਕੇ ਨਿਕਲੋਗੇ ਇਥੇ ਟਰਾਂਸ ਤਾਂ ਮਸਟ ਵਾਚ ਇਹ ਤਾਂ ਹੀ ਕਹੂੰਗਾ ਜੀ ਇੱਕ ਨਾ ਮੈਂ ਥੋੜਾ ਤੋਂ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕਿ ਅਭਿਨਵ ਭਾਈ ਹੋਰਾਂ ਨਾਲ ਜਦੋਂ ਤੁਹਾਡਾ ਮੇਲ ਹੋਇਆ ਹਨਾ ਤਾਂ ਉਦੋਂ ਘਰ ਦੇ ਸੁੱਖ ਮੰਨ ਗਏ ਸੀ ਵੈਸੇ ਹਾਂਜੀ ਹਾਂਜੀ ਬਿਲਕੁਲ ਠੋਕੇ ਮੰਨ ਗਏ बिल्कुल जी मतलब अपने भाई कहन दी लोड नहीं पे चल पा चलिए मैं बल्कि ना मैं मैं ये मैं चाहती थी कि यार अगर कोई ना एक परिवार वाला बोल दे कि हमें ये रिश्ता मंजूर नहीं है या फिर हमको नहीं चाहिए कि रुबीना बहू हो या फिर मेरे परिवार में से बोल दे कि हम नहीं चाहते कि अभिनव से शादी हो मैंने मैं ये चाहती थी मैं कहा कोई एक ऐसा बोल देना मैं तो मतलब मौका ढूंढूँगा और हम बोले कि चल पा चलिए पर ऐसा पर ऐसा हुआ नहीं बट यस yes, हम ये कहीं ना कहीं ना बड़ा जैसे आगे किसी रिश्ते में सुन लिया दोस्तों के आगे किसी फैमिली में सुन लिया वो उसको पजा के ले गया या आज इसने यू नो पज के शादी कर दी तो ये ना हमने सुना है और पंजाब में मुझे लगता है बड़ा कॉमन है ये तो इसलिए हमारी जो फिल्म है ना उससे हर कोई रिलेट करेगा तो इसलिए हमारी तो ये विनती है प्लीज़ आप अपने परिवार के साथ दोस्तों के साथ पड़ोसियों के साथ सबके साथ जाइए स्कूल में सारे दोस्त एक साथ जाइए कॉलेज वाले सब एक साथ जाइए और मूवी देखिए क्योंकि आपको ना हर कैरेक्टर के साथ हर सीन के साथ इतनी अटैचमेंट होने वाली है कि आप घर आकर ना एक दूसरे के साथ सिर्फ शेयर करोगे अरे चल पच चलिए मैं ये हुआ था अरे चल पच चलिए मैं प्रभु ने यह बोला ने वो बोला शिंदे ने ये बोला बहुत कुछ ऐसा होने वाला है इन शर्टर भी ना मैं उनका कह मतलब ये है भी ट्रालियाँ टोलियाँ भर के पिंडा से पिंड आ जाओ ਫੇਰ ਉਹ ਤੇ ਦਿਖਾਵਾਂਗੇ ਕਿਉਂਕਿ ਤੁਸੀਂ ਪਿੰਡਾਂ ਤੋਂ ਭੱਜ ਕੇ ਥੀਏਟਰਾਂ ਵੱਲ ਆਉਣਾ ਹੈਗਾ ਤੇ ਇਹ ਫੇਰ ਦਿਖਾਉਣਗੇ ਵੀ ਅਸੀਂ ਕਿੱਥੇ ਭੱਜਣਾ ਹੈਗਾ ਤੇ ਤੁਸੀਂ ਵੈਸੇ ਥੋੜਾ ਤੋਂ ਮੈਂ ਇੱਕ ਚੀਜ਼ ਜ਼ਰੂਰੀ ਪੁੱਛਣੀ ਥੋਣਾ ਹੈਗਾ ਕਿ ਤੋ ਤੋ ਜਿਹੜਾ ਤੁਸੀਂ ਮੁੰਡਾ ਲੱਭ ਰਹੇ ਹੈਗੇ ਹੋ ਹਨਾ ਤੁਸੀਂ ਇਹੀ ਮਤਲਬ ਚਾਹੁੰਦੇ ਹੈਗੇ ਹੋ ਵੀ ਕਰ ਦੇਣੀ ਮਰਦੀ ਨਾਲ ਜਾਂ ਤੁਸੀਂ ਵੀ ਕਹਿੰਦੇ ਚੱਲ ਭੱਜ ਚੱਲ ਜੇ ਨਹੀਂ ਮੈਂ ਤਾਂ ਦੋਨੋਂ ਦੋਨੋਂ ਜੇ ਮੈਂ ਚਾਹੁੰਦੀ ਆ ਮੈਂ ਮੁੰਡੇ ਨੂੰ ਹ ਟੁੰਡਾ ਦੇ ਢੁੰਡਾ ਢੁੰਡਾ ਲੱਬਾ ਦੇ ਰਿਗੋ ਮੈਂ ਮੁੰਡੇ ਨੂੰ ਲੱਬਾ ਤੇ ਆਈ ਮੈਂ ਬਸ ਐ ਚਾਹੁੰਨੀ ਕਿ ਐਟਲੀਸੋ ਅਪਰੂਵ ਕਰੇ ਜੇ ਨਹੀਂ ਕਰਦੇ ਤੇ ਮੈਂ ਨਹੀਂ ਕਰਾਂਗੀ ਬਈ ਆ ਇਹ ਵੀ ਪਤਾ ਲੱਗਿਆ ਹੈਗਾ ਤੇ ਡੈਬਿਊ ਐਕਟਰਸ ਭਜਣਾ ਨਹੀਂ ਭਜਣਾ ਨਹੀਂ ਭਜਣਾ ਨਹੀਂ ਹਾਂ ਭਜਣਾ ਨਹੀਂ ਕਦੇ ਖੜਾਂਗੇ ਇੱਥੇ ਖੜਾਂਗੇ ਅਸੀਂ ਠੀਕ ਹੈ ਜੀ ਤੇ ਫਿਲਮ ਆਰੀ ਹੈਗੀ ਆ ਜੀ ਚਲ ਪੱ ਚਲੀਏ ਸਟਾਰ ਕਾਸਟਾਂ ਗੱਲਾਂ ਬਾਤਾਂ ਮਾਰੀਆਂ ਹੈਗੀਆਂ ਤੇ ਪਿੱਛੋਂ ਸਾਨੂੰ ਹੁਣ ਹੱਕਾਂ ਪੈਣ ਲੱਗ ਗਿਆ ਕਹਿੰਦੇ ਬਹੁਤ ਹੋ ਗਿਆ ਗੱਲਾਂ ਆ ਜੋ ਤੇ ਤੇ ਜਾਂਦੇ ਜਾਂਦੇ ਅਪੀਲ ਹੋ ਜਾਈ ਜੀ ਫਿਰ ਸਾਰੀ ਸਟਾਰ ਕਾਸਟ ਦੇ ਵੱਲੋਂ ਜੀ ਸੋ ਸਾਡੀ ਫਿਲਮ ਆਰੀ ਹੈ ਜੀ ਚਲ ਪੱ ਚਲੀਏ 5 ਤਰੀਕ ਨੂੰ ਸੋ ਸਾਰੇ ਜਣੇ ਜਾਇਓ ਐਸ ਪਰ ਅਸੀਂ ਪਹਿਲਾਂ ਵੀ ਬੋਲ ਕੇ ਹਟਿਆ ਤੁਹਾਨੂੰ ਵਧੀਆ ਲੱਗੂਗੀ ਤੁਸੀਂ ਕਮੈਂਟਸ ਕਰਿਓ ਫਿਰ ਸਾਨੂੰ ਦੱਸਿਓ ਕਿਵੇਂ ਲੱਗੀ ਆਈ ਹੋਪ ਤੁਹਾਨੂੰ ਵਧੀਆ ਲੱਗੇ ਅਸੀਂ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਦੀ ਬਹੁਤ ਮਿਹਨਤ ਹੈ ਸਾਰੇ ਆਰਟਿਸਟਾਂ ਦੀ ਸੋ ਮਸਟ ਵਾਚ ਥੈਂਕ ਯੂ ਰਵਿਨਾ

ਗੱਲਾਂ ਬਾਤਾਂ ਹੋ ਗਈਆਂ ਤੇ ਅਸੀਂ ਵੀ ਹੁਣ ਪੱ ਚੱਲ ਜੀ ਓਕੇ ਬਾਏ ਬਾਏ ਮਿਲਦੇ ਹਾਂ ਕਿਸੇ ਹੋਰ ਆਰਟਿਸਟ ਦੇ ਨਾਲ ਹੋਰ ਫਿਲਮ ਦੇ ਸੈੱਟ ਤੇ ਦੇਖਦੇ ਰਹੋ ਚੈਸਕਾ